ਮੈਂ ਤਾਂ ਆਪਦੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਜੀ ਕਿ ਅੱਜ ਮੈਂ ਸਾਡੀਆਂ ਇੱਥੇ ਮਾਤਾਵਾਂ ਭੈਣਾਂ ਦੇ ਦਰਸ਼ਨ ਕਰੂੰਗਾ ਔਰ ਇਸ ਮੌਕੇ ਨੂੰ ਮਤਲਬ ਮੈਨੂੰ ਇੱਥੇ ਇਹ ਜਿਹੜਾ ਮੌਕਾ ਸੁਭਾਗ ਪ੍ਰਾਪਤ ਹੋਇਆ ਉਹ ਪਿੰਦੂ ਜੌਹਲ ਹੋਰਾਂ ਦੇ ਜਿਹੜੇ ਉੱਦਮ ਸਦਕਾ ਹੋਇਆ ਲੇਕਿਨ ਮੈਨੂੰ ਲੈ ਕੇ ਮੈਨੂੰ ਬਾਦਸ਼ਾਹ ਸਾਹਿਬ ਲੈ ਕੇ ਆਏ ਹਾਂਜੀ ਇਹਨਾਂ ਨੇ ਮੈਨੂੰ ਇਸ ਮੁਬਾਰਕ ਮੌਕੇ 'ਤੇ ਆਉਣ ਦਾ ਸੱਦਾ ਦਿੱਤਾ ਸੀ ਬਾਲੀ ਸਾਹਿਬ ਔਰ ਬਾਦਸ਼ਾਹ ਸਾਹਿਬ ਇਹਨਾਂ ਦਾ ਤਾਂ ਮੈਂ ਮਤਲਬ ਦੇਣਾ ਹੀ ਨਹੀਂ ਦੇ ਸਕਦਾ ਜੀ ਬਾਕੀ ਸਾਰੇ ਦਰਸ਼ਨ ਹੋ ਗਏ ਮਾਨ ਸਾਹਿਬ ਹੋਰਾਂ ਦੇ ਸਾਰਿਆਂ ਦੇ ਤੁਹਾਡੇ ਦਰਸ਼ਨ ਹੋ ਗਏ ਨਹੀਂ ਬਹੁਤ ਹੋਰ ਭੱਟੀਆਂ ਹੋ ਗਈਆਂ ਜੀ ਤੁਹਾਡਾ ਆਸ਼ੀਰਵਾਦ ਮਿਲੂਗਾ ਬੱਚੀਆਂ ਨੂੰ ਉਹਨਾਂ ਦੀ ਜ਼ਿੰਦਗੀ ਤਰੱਕੀਆਂ ਕਰਨ ਹੋ ਹਨਾ ਤੇ ਧੀ ਪੁੱਤ ਦਾ ਫਰਕ ਆਪਾਂ ਬਰਾਬਰਤਾ ਲਿਆਈਏ ਗੁਰੂ ਸਾਹਿਬ ਦਾ ਜਿਹੜਾ ਸੁਨੇਹਾ ਆ ਮੈਂ ਤਾਂ ਆਪਦੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਜੀ ਕਿ ਅੱਜ ਮੈਂ ਸਾਡੀਆਂ ਇੱਥੇ ਮਾਤਾਵਾਂ ਭੈਣਾਂ ਦੇ ਦਰਸ਼ਨ ਕਰੂੰਗਾ ਔਰ ਇਸ ਮੌਕੇ ਨੂੰ ਮਤਲਬ ਮੈਨੂੰ ਇੱਥੇ ਇਹ ਜਿਹੜਾ ਮੌਕਾ ਸੁਭਾਗ ਪ੍ਰਾਪਤ ਹੋਇਆ ਉਹ ਪਿੰਦੂ ਜੌਹਲ ਹੋਰਾਂ ਦੇ ਜਿਹੜੇ ਉੱਦਮ ਸਦਕਾ ਹੋਇਆ ਲੇਕਿਨ ਮੈਨੂੰ ਲੈ ਕੇ ਮੈਨੂੰ ਬਾਦਸ਼ਾਹ ਸਾਹਿਬ ਲੈ ਕੇ ਆਏ ਹਾਂਜੀ ਇਹਨਾਂ ਨੇ ਮੈਨੂੰ ਇਸ ਮੁਬਾਰਕ ਮੌਕੇ 'ਤੇ ਆਉਣ ਦਾ ਸੱਦਾ ਦਿੱਤਾ ਸੀ ਬਾਲੀ ਸਾਹਿਬ ਔਰ ਬਾਦਸ਼ਾਹ ਸਾਹਿਬ ਇਹਨਾਂ ਦਾ ਤਾਂ ਮੈਂ ਮਤਲਬ ਦੇਣਾ ਹੀ ਨਹੀਂ ਦੇ ਸਕਦਾ ਜੀ ਬਾਕੀ ਸਾਰੇ ਦਰਸ਼ਨ ਹੋ ਗਏ ਮਾਨ ਸਾਹਿਬ ਹੋਰਾਂ ਦੇ ਸਾਰਿਆਂ ਦੇ ਤੁਹਾਡੇ ਦਰਸ਼ਨ ਹੋ ਗਏ ਨਹੀਂ ਬਹੁਤ ਹੋਰ ਭੱਟੀਆਂ ਹੋ ਗਈਆਂ ਜੀ ਤੁਹਾਡਾ ਆਸ਼ੀਰਵਾਦ ਮਿਲੂਗਾ ਬੱਚੀਆਂ ਨੂੰ ਉਹਨਾਂ ਦੀ ਜ਼ਿੰਦਗੀ ਤਰੱਕੀਆਂ ਕਰਨ ਹੋ ਹਨਾ ਤੇ ਧੀ ਪੁੱਤ ਦਾ ਫਰਕ ਆਪਾਂ ਬਰਾਬਰਤਾ ਲਿਆਈਏ ਗੁਰੂ ਸਾਹਿਬ ਦਾ ਜਿਹੜਾ ਸੁਨੇਹਾ ਆ ਜੀ ਜੀ